ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਤੁਹਾਡਾ ਆਪਣੇ ਚੈਨਲ ਟੈਂਡ ਅਗਰੀਕਲਚਰ ਫਾਰਮ ਤੇ ਸਵਾਗਤ ਹੈ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਬੈਲ ਆਈਕਨ ਜਰੂਰ ਦਬਾਓ ਤਾਂ ਜੋ پتہ ਤੁਹਾਨੂੰ ਬੜੀ ਹਰ ਇੱਕ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਤਕਰੀਬਨ ਆਪਣਾ ਝੋਨੇ ਦਾ ਜੋ 70% ਦੇ ਕਰੀਬ ਕੰਮ ਆ ਜਿਹੜਾ ਉਹ ਨੇਪਰੇ ਚੜ ਗਿਆ ਤੇ ਜੋ ਵੈਰਾਈਟੀਆਂ ਜ਼ਿਆਦਾ ਲੇਟ ਲੱਗੀਆਂ ਸੀਆਂ ਉਹ ਮਾੜੀਆਂ-ਮੁਟੀਆਂ ਰਹਿ ਗਈਆਂ ਜਾਂ ਫਿਰ ਜੋ ਪੀਲੀ ਪੂਸਾ ਡੋਗਰ ਪੂਸਾ ਇਹ ਵੈਰਾਈਟੀਆਂ ਨੇ ਰਹਿ ਗਈਆਂ ਤਕਰੀਬਨ ਇਹਨਾਂ ਦੀ ਬਾਡੀ ਵਧੀਆ ਸ਼ੁਰੂ ਹੋ ਗਈ ਜਿਹੜੀਆਂ ਗੇਤੀਆਂ ਲੱਗੀਆਂ ਹੋਈਆਂ ਸੀਗੀਆਂ ਤੇ ਬਹੁਤ ਵਧੀਆ ਬਾਡੀ ਦਾ ਕੰਮ ਚੱਲ ਰਿਹਾ ਹੈ ਪ੍ਰਮਾਤਮਾ ਵਧੀਆ ਸਾਥ ਦੇ ਰਿਹਾ ਹੈ ਇਸੇ ਤਰ੍ਹਾਂ 10-15 ਦਿਨ ਹੋਰ ਕਿਸਾਨ ਵੀਰਾਂ ਦਾ ਸਾਥ ਦੇਵੇ ਪ੍ਰਮਾਤਮਾ ਤੇ ਵਧੀਆ ਜਿਹੜਾ ਆਪਣਾ ਕੰਮ ਨੇ ਪਰੇ ਚੜੇ ਤੇ ਕਣਕ ਦੀ ਬਿਜਾਈ ਹੋਵੇ ਹਰ ਇੱਕ ਦੀ ਤੇ ਕਿਸਾਨ ਵੀਰੋ ਅੱਜ ਆਪਾਂ ਗੱਲਬਾਤ ਕਰਾਂਗੇ ਝਾੜਾਂ ਬਾਰੇ ਵੀ ਕਿਹੜੀ ਕਿਸਮ ਦਾ ਕਿੰਨਾ ਝਾੜ ਆਪਾਂ ਨੂੰ ਹੁਣ ਤੱਕ ਦੇਖਣ ਨੂੰ ਮਿਲਿਆ ਕਿਹੜੀ ਰਿਕਾਰਡ ਤੋੜ ਝਾੜ ਦੇ ਰਹੀ ਆ ਕਿਹੜੀਆਂ ਨਾਰਮਲ ਠੀਕ ਝਾੜ ਦੇ ਰਹੀਆਂ ਨੇ ਆਪਾਂ ਤੁਹਾਡੇ ਨਾਲ ਸਾਰੀ ਗੱਲਬਾਤ ਕਰਦੇ ਆਂਗੇ ਕਿਸਾਨ ਵੀਰੋ ਹੁਣ ਤੱਕ ਤਕਰੀਬਨ ਆਪਣੀਆਂ ਸਾਰੀਆਂ ਵੈਰਾਈਟੀਆਂ ਵੱਡੀਆਂ ਚੁੱਕੀਆਂ ਵੱਢ ਚੁੱਕੀਆਂ ਆਪਾਂ ਸਾਰੀਆਂ ਚਾਹੇ ਕੋਈ ਹਾਈਬ੍ਰਿਡ ਵੈਰਾਈਟੀ ਲਾ ਲਓ ਚਾਹੇ ਕੋਈ ਪ੍ਰਾਈਵੇਟ ਕਿਸਮਾ ਲਾ ਲਓ ਚਾਹੇ ਕੋਈ ਪੂਸ਼ਾ ਵੈਰਾਈਟੀ ਲਾ ਲਓ ਤਕਰੀਬਨ ਸਾਰੀਆਂ ਹੀ ਵਧੀਆ ਖੇਤ ਵੀ ਵੱਡੇ ਗਏ ਨੇ ਹਲਕੇ ਖੇਤ ਵੀ ਵੱਡੇ ਗਏ ਨੇ ਤਕਰੀਬਨ ਸਾਰੀਆਂ ਦੀ ਜਿਹੜੀ ਡਿਟੇਲ ਆ ਉਹ ਹੁਣ ਆਪਣੇ ਕੋਲ ਪਹੁੰਚ ਗਈ ਤੇ ਵੱਖੋ-ਵੱਖਰੇ ਏਰੀਏ ਦੇ ਵਿੱਚ ਵੱਖੋ-ਵੱਖਰਾ ਝਾੜ ਹੁੰਦਾ ਹਮੇਸ਼ਾ ਕਦੇ ਝਾੜ ਇੱਕਸਾਰ ਸੀਮਤ ਨਹੀਂ ਹੁੰਦਾ ਵੀ ਆਪਾਂ ਕੀ ਵੀ ਆਪਣੇ ਵੀ ਇੰਨਾ ਤੇ ਅੱਗੇ ਵੀ ਇੰਨੇ ਹੀ ਹੂ 10 10 ਕਿਲੋਮੀਟਰ ਦੇ ਵਕਫੇ ਨਾਲ ਵੀ ਝਾੜ ਦਾ ਫਰਕ ਪੈ ਜਾਂਦਾ ਹੈਗਾ ਆਪਣੇ ਤੇ ਜਿਹੜੇ ਕਿਸਾਨ ਵੀਰੋ ਵੈਰਾਈਟੀਆਂ ਨੇਗੀਆਂ ਇਹ ਵੀ ਵੱਖੋ-ਵੱਖਰੇ ਏਰੀਆ ਦੇ ਵਿੱਚ ਵੱਖੋ-ਵੱਖਰਾ ਝਾੜ ਦਿੰਦੀਆਂ ਨੇ ਸਾਰੀਆਂ ਇੱਥੇ ਕਿਸਾਨ ਵੀਰੋ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਜਿਹੜੇ ਕਿਸਾਨ ਵੀਰੋ ਇਸ ਟਾਈਮ ਵੈਰਾਈਟੀ ਟੌਪ ਤੇ ਚੱਲ ਰਹੀ ਹੈ ਬਿਲਕੁਲ ਹੀ ਪੀਆਰ 126 ਤੇ ਪੀਆਰ 131 ਇਹ ਬਰਾਇਟੀਆਂ ਦਾ ਝਾੜ ਆ ਜਿਹੜਾ ਸਭ ਤੋਂ ਇਸ ਟਾਈਮ ਟੌਪ ਤੇ ਮਿਲ ਰਿਹਾ। ਤਕਰੀਬਨ ਕਿਸਾਨ ਵੀਰਾਂ ਨੂੰ ਘੱਟ ਤੋਂ ਘੱਟ ਝਾੜ 30 ਕੁਇੰਟਲ ਤੱਕ 30-32 ਤੱਕ ਵੱਧ ਤੋਂ ਵੱਧ ਝਾੜ ਤਾਂ ਝੂਠ ਬੋਲਣ ਵਾਲੀ ਗੱਲ ਆ 38-39 ਕੁਇੰਟਲ ਤੱਕ ਵੀ ਨਾਰਮਲ ਕਿਸਾਨਾਂ ਨੂੰ ਮਿਲ ਰਿਹਾ ਇਹਨਾਂ ਦਾ ਝਾੜ। ਪੀਆਰ 126 ਦਾ ਤੁਹਾਨੂੰ ਆਪਾਂ ਵੀ ਦੱਸਿਆ ਸੀਗਾ ਤੇ ਆਪਾਂ ਹੁਣ ਤੱਕ 43 ਬਿਗੇ ਜਗ੍ਹਾ ਵੱਡੀ ਆ। ਤੇ ਇਸ ਆਪਣਾ ਮੰਨ ਕੇ ਚੱਲ ਪੋ ਤੁਸੀਂ ਵੀ 1.5 36 ਕੁਆਂਟਲ ਦਾ ਡੜਾ ਪਿਆ ਜਿੱਦਾਂ ਆਪਾਂ ਕਹਦੇ ਨੇ ਸਵਾ ਕੇ 7 ਕਿਲੋ ਸਵਾ ਕੇ 7 ਕੁਆਂਟਲ ਦੀ ਵਿੱਗੇ ਦੇ ਵਿੱਚੋਂ ਆਪਣੇ ਵੈਰਾਈਟੀ ਨਿਕਲੀ ਆ ਉਹ ਤੇ 90 99 ਮਣ ਦਾ ਜਿੱਦਾਂ ਆਪਾਂ ਕਹਦੇ ਡੜਾ ਪਿਆ ਆਪਣਾ ਤੇ ਕੁਛ ਆਪਣੀ ਆ ਜੋ ਮੱਕੀ ਵੱਟ ਕੇ ਆਪਾਂ ਨੇ PR 126 ਲਗਾਈ ਸੀਗੀ ਇੱਕ ਅੱਧੇ ਦਿਨ ਚ ਵੱਢੀ ਜਾਊਗੀ ਫੇਰ ਆਪਣਾ ਫਾਈਨਲ ਝਾੜ ਆ ਜਿਹੜਾ ਆਪਾਂ ਨੂੰ ਮਿਲ ਜੂ ਇਹ ਕਿਸਾਨ ਵੀਰੋ ਜਿਹੜੀਆਂ ਪੂਸਾ ਵੈਰੈਟੀਆਂ ਹੁਣ ਤੱਕ ਵੱਡੀਆਂ ਗਈਆਂ ਨੇ ਇਸ ਵਾਰ ਬੌਣੇ ਬੂਝੇ ਦੀ ਜਿਹੜੀ ਦਿੱਕਤ ਆ ਉਹ ਬਿਲਕੁਲ ਨਹੀਂ ਪੂਸਾ ਵੈਰੈਟੀਆਂ ਦੇ ਵਿੱਚ ਆਈ ਤੇ ਜਿਹੜੀਆਂ ਪੂਸਾ 44 ਵੈਰੈਟੀਆਂ ਵੱਡੀਆਂ ਗਈਆਂ ਨੇ ਤਕਰੀਬਨ 35 35 37 ਕੁਇੰਟਲ ਤੱਕ ਉਹਨਾਂ ਦਾ ਆਪਾਂ ਨੂੰ ਝਾੜ ਦੇਖਣ ਨੂੰ ਮਿਲ ਰਿਹਾ ਵੱਖ-ਵੱਖ ਏਰੀਆ ਦੇ ਵਿੱਚ ਵੱਖ-ਵੱਖ ਵੀਰਾਂ ਦੇ ਦੱਸਣ ਮੁਤਾਬਕ ਤੇ ਜਿਹੜੀਆਂ ਕਿਸਾਨ ਵੀਰੋ ਆਪਣੇ ਆ ਰਿੰਦ ਨੇ ਹਾਈਬ੍ਰਿਡ ਵੈਰੈਟੀਆਂ ਜਿੱਦਾਂ ਆਪਣੇ ਸਾਵਾ ਦੀਆਂ ਵੈਰੈਟੀਆਂ ਹੁੰਦੇ ਨੇ ਆਪਣੇ ਤਕਰੀਬਨ ਸਾਵਾ 34 ਸਾਵਾ 27 ਲੱਗਦੀ ਹੈ ਇਧਰਲੇ ਏਰੀਆ ਦੇ ਵਿੱਚ ਸਾਵਾ 27 ਦਾ ਜਿਹੜਾ ਝਾੜ ਆ ਉਹ ਆਪਾਂ ਨੂੰ 36 ਕੁ ਗੁਆਂਟਲ ਦਾ ਮਿਲਿਆ ਦੇਖਣ ਨੂੰ ਸਾਵਾ 34 ਦਾ ਤੇ 33 34 ਗੁਆਂਟਲ ਤੱਕ ਝਾੜ ਆਪਾਂ ਨੂੰ ਦੇਖਣ ਨੂੰ ਮਿਲਿਆ ਤੇ ਜਿਹੜੀਆਂ ਇਹਨੇ ਕਿਸਾਨ ਵੀਰੋ ਪੀਲੀ ਪੂਸਾ ਇਸ ਦੇ ਵਿੱਚ ਝਾੜ ਤਾਂ ਆਪਾਂ ਨੂੰ ਵਧੀਆ ਦੇਖਣ ਨੂੰ ਮਿਲ ਰਿਹਾ ਬਹੁਤ ਵਧੀਆ ਝਾੜ ਮਿਲ ਰਿਹਾ ਆਪਾਂ ਨੂੰ ਪੀਲੀ ਪੂਸਾ ਦਾ ਵੀ ਦੇਖਣ ਨੂੰ ਤਕਰੀਬਨ 34 34 ਕੁਇੰਟਲ ਤੱਕ ਝਾੜ 35 ਤੱਕ ਵੀ ਕਿਤੇ ਕਿਤੇ ਆਇਆ ਇਹਦਾ ਪਰ ਇਹਦੇ ਵਿੱਚ ਇੱਕ ਸਮੱਸਿਆ ਇਸ ਵਾਰ ਬਹੁਤ ਜ਼ਿਆਦਾ ਵੱਡੀ ਆ ਰਹੀ ਆ ਤਕਰੀਬਨ ਹਰ ਇੱਕ ਦੇ ਖੇਤ ਦੇ ਵਿੱਚ ਆ ਰਹੀ ਆ ਵੀ ਇਹਨੂੰ ਡੋਡੀ ਰੋਗ ਆ ਹਲਦੀ ਰੋਗ ਬਹੁਤ ਜ਼ਿਆਦਾ ਪਿਆ ਬਹਿਮ ਕਿਸਾਨ ਵੀਰਾਂ ਨੂੰ ਆਪਾਂ ਨੂੰ ਪੀਆਰ 126 ਦਾ ਹੁੰਦਾ ਪਰ ਇਹਨੂੰ ਡੋਡੀ ਰੋਗ ਬਹੁਤ ਜ਼ਿਆਦਾ ਪਿਆ ਤੇ ਉਹਦੇ ਕਰਕੇ ਕਿਸਾਨ ਵੀਰਾਂ ਦਾ ਥੋੜਾ ਮੋਟਾ ਫਰਕ ਪੈ ਰਿਹਾ ਪਰ ਰੋਗ ਰਹਿਤ ਝੋਨੇ ਰਹਿਣ ਕਰਕੇ ਝਾੜ ਇਸ ਵਾਰ ਬਹੁਤ ਵਧੀਆ ਆ ਰਿਹਾ ਠੰਡ ਕਰਕੇ ਆਪਾਂ ਇਹ ਗੱਲ ਨੂੰ ਗੁਰੇਜ਼ ਨਹੀਂ ਕਰ ਸਕਦੇ ਵੀ ਵਧੀਆ ਝਾੜ ਨਹੀਂ ਮਿਲ ਰਿਹਾ ਕਿਉਂਕਿ ਕਈ ਕਿਸਾਨ ਵੀਰਾਂ ਦਾ ਹੁਣ ਕਿਸੇ ਦੀ ਮੈਨੇਜਮੈਂਟ ਚ ਘਾਟ ਆ ਜਾਂਦੀ ਕਿ ਉਹਦੇ ਖੇਤ ਚ ਘਾਟ ਹੁੰਦੀ ਆ ਤਾਂ ਉਹ ਦੂਸਰਿਆਂ ਨੂੰ ਕਹਿ ਦਿੰਦਾ ਵੀ ਨਹੀਂ ਇੰਨਾ ਝਾੜ ਨਹੀਂ ਆ ਸਕਦਾ ਪਰ ਕਿਸਾਨ ਵੀਰੋ ਇਸ ਵਾਰ ਜਿੱਦਾਂ ਵੀ ਕੋਈ ਕਹਿੰਦਾ ਸੱਚ ਮੰਨਣ ਵਾਲੀ ਹੀ ਗੱਲ ਆ ਬਹੁਤ ਜਾਦੀ ਵਧੀਆ ਝਾੜ ਆਪਾਂ ਨੂੰ ਦੇਖਣ ਨੂੰ ਮਿਲਦਾ ਹਰੇਕ ਵੈਰੈਟੀ ਦਾ ਪਰ PR126 ਇਸ ਵਾਰ ਵੈਰੈਟੀ ਬਹੁਤ ਵਧੀਆ ਟੋਪ ਤੇ ਰਹਿ ਰਹੀ ਆ ਤੇ ਹੁਣ ਕਿਸਾਨ ਵੀਰਾਂ ਦਾ ਜਿਹੜਾ ਦਿਲ ਆ ਉਹ ਵੀ ਬਿਲਕੁਲ ਖੁੱਲ ਗਿਆ ਕਿਉਂਕਿ ਪਿਛਲੇ ਸਾਲ ਕਿਸਾਨ ਵੀਰਾਂ ਦੇ ਮਨ ਦੇ ਵਿੱਚ ਬਹਿਮ ਸੀਗਾ ਵੀ ਇਸ ਵਾਰ ਨਹੀਂ ਇਹਨੇ ਵਧੀਆ ਝਾੜ ਦੇ ਤਾਂ ਅੱਗੇ ਨੂੰ ਦਈਣਾ ਨਹੀਂ ਪਰ ਹੁਣ ਜੇਕਰ ਆਪਾਂ ਦੇਖਦੇ ਆਂ ਇਹਦਾ 40 ਵਾਰ ਵੀ ਵਧੀਆ ਰਿਹਾ ਤੇ ਅਗਲੇ ਸਾਲਾਂ ਦੇ ਵਿੱਚ ਇਹ ਵੈਰਾਈਟੀ ਨੰਬਰ 1 ਹੀ ਚੱਲੂਗੀ। ਇਹ ਗੱਲ ਦਾ ਖਿਆਲ ਰੱਖਿਓ ਤੁਸੀਂ। ਇਹ ਵੈਰਾਈਟੀ ਦੀ ਰੀਸ ਕੋਈ ਨਹੀਂ ਕਰ ਸਕਦੀ ਤੇ ਵੈਰਾਈਟੀਆਂ ਇਦੋਂ ਉਤੋਂ ਵੀ ਬਹੁਤ ਪਈਆਂ ਨੇ। ਇਸ ਤੋਂ ਜ਼ਿਆਦਾ ਝਾੜ ਵਾਲੀਆਂ ਵੈਰਾਈਟੀਆਂ ਵੀ ਬਹੁਤ ਨੇ। ਪਰ ਘੱਟ ਖਰਚੇ ਜੈ ਇੰਨਾ ਝਾੜ ਦੇਣ ਵਾਲੀ ਵੈਰਾਈਟੀ ਕੋਈ ਨਹੀਂ। ਇਸ ਕਰਕੇ ਇਹ ਵੈਰਾਈਟੀਆਂ ਨੂੰ ਕਿਸਾਨ ਵੀਰੋ ਤਰਜੀਹ ਦਿਓ। ਤੇ तकरीबन ਜੇ ਇਹਨੂੰ ਆਪਾਂ 5 6 ਜੁਲਾਈ ਤੱਕ ਵੀ ਲਾ ਦਾਂਗੇ ਤਾਂ ਵੀ ਇਹ ਵਧੀਆ ਬੰਪਰ ਝਾੜ ਦੇ ਜਾਂਦੀ ਆ। ਆਪਦਾ ਹਾਲ ਹੰਗਾਰੇ ਲਗਾਓ। ਕੋਈ ਲਗਾਉਣ ਚ ਕਾਲੀ ਨਾ ਕਰੋ। ਵਧੀਆ ਮੈਨੇਜਮੈਂਟ ਰੱਖੋ। ਵਧੀਆ ਟਾਈਮ ਸਰਜੂਰੀਆ ਪਾਓ। ਟਾਈਮ ਸਰ ਸਪਰੇਹਾ ਕਰੋ। ਰਿਜ਼ਲਟ ਪੂਰੇ ਟੌਪ ਦੇ ਆਪਾਂ ਨੂੰ ਮਿਲਦੇ ਨੇ। ਤੇ ਉਮੀਦ ਆ ਕਿਸਾਨ ਵੀਰਾਂ ਦਾ ਸਾਰਿਆਂ ਦੀ ਝਾੜ ਵਧੀਆ ਆਊਗਾ। ਪ੍ਰਮਾਤਮਾ ਸਭ ਦੀ ਵਧੀਆ ਸੁਣੂਗਾ। ਤੇ ਅੱਗੇ ਕਿਸਾਨ ਵੀਰੋ ਗੱਲਬਾਤ ਆਪਾਂ ਕਰਦੇ ਹਾਂਗੇ 17 18 11 21 18 47 ਇਹ ਵੈਰਾਈਟੀਆਂ ਦੀ 18 47 ਦਾ ਕਿਸਾਨ ਵੀਰੋ ਝਾੜ ਆ ਜਿਹੜਾ ਬਹੁਤ ਬੰਪਰ ਮਿਲਿਆ ਤਕਰੀਬਨ 27 28 ਕੁਇੰਟਲ ਤੱਕ ਆਮ ਝਾੜ ਵੀ ਮਿਲੇ ਇਹਦਾ ਰੇਟ ਵੀ ਚਲੋ 3000 ਤੋਂ ਪਲੱਸ ਲੱਗਦੀ ਰਹੀ ਹੈ ਵਿੱਚ ਇਹ 3500 3000 ਅੱਬ 3400 ਇਦਾਂ ਤੇ ਝਾੜ ਵੀ ਵਧੀਆ ਰਿਹਾ 1509 ਦਾ ਵੀ ਝਾੜ ਬਹੁਤ ਵਧੀਆ ਰਿਹਾਗਾ ਤੇ ਰੇਟ ਵੀ ਤਕਰੀਬਨ 33 34 ਕੁਆਂਟ ਸੌਰੀ 33 34 ਸੌ ਨੂੰ ਲੱਗਦੀ ਰਹੀ ਆ 3500 ਤੱਕ ਤੇ ਝਾੜ ਇਹਦਾ ਆਪ ਨੂੰ 25 ਪਲੱਸ ਹੀ ਮਿਲਦਾ ਰਿਹਾ ਕਿਸਾਨ ਵੀਰਾਂ ਨੂੰ ਤੇ ਵਿਚਦੀ ਇਹ 4000 ਤੱਕ ਵੀ ਚਲੀ ਗਈ ਸੀ ਤੇ ਅੱਗੇ ਕਿਸਾਨ ਵੀਰੋ ਗੱਲ ਆ ਜਾਂਦੀ ਹੈ ਕਿ ਆਪਣੇ 16 92 ਵਗੈਰਾ ਦੀ ਇਹ ਵੀ ਬਹੁਤ ਵਧੀਆ ਝਾੜ ਦੇ ਕੇ ਗਈਆਂ ਨੇ ਤੇ 17 18 ਤੇ 11 21 ਦਾ ਜਿਹੜਾ ਸ਼ੁਰੂਆਤੀ ਝਾੜ ਹੈ ਆਪਾਂ ਨੂੰ ਤਕਰੀਬਨ 22 23 ਕੁਇੰਟਲ ਦਾ ਝਾੜ ਮਿਲ ਰਿਹਾ ਹੈ 17 18 ਦਾ ਤੇ ਰੇਟ ਤਕਰੀਬਨ 3700 3800 ਤੋਂ ਲੈ ਕੇ 4000 ਤੱਕ ਰੇਟ ਮਿਲ ਰਿਹਾ ਆਪਣੇ ਨਾਭੇ ਮੰਡੀ ਦੇ ਵਿੱਚ ਹੱਥੀ ਝਾੜੀ 4300 ਰੁਪਏ 17 18 ਵਿਕੀ ਆ 11 21 ਦਾ ਝਾੜ ਆਪਾਂ ਨੂੰ 17 18 ਕੁਇੰਟਲ ਤੱਕ ਮਿਲ ਰਿਹਾ ਤੇ ਰੇਟ ਇਹਦਾ ਆਪਾਂ ਨੂੰ 4500 ਦੇ ਲਵੇ ਲਾਉਣੇ ਮਿਲ ਰਿਹਾ ਬਹੁਤ ਖੁਸ਼ੀ ਦੀ ਗੱਲ ਹੈ ਕਿਸਾਨ ਵੀਰਾਂ ਵਾਸਤੇ ਕਿਉਂਕਿ ਬਹੁਤ ਸਾਲ ਬਾਅਦ ਆਪਣੀ ਤਕਰੀਬਨ ਸੁਣੀ ਗਈ ਹੈ ਪ੍ਰਮਾਤਮਾ ਸੁਣ ਰਿਹਾ ਹੈ ਵਧੀਆ ਝਾਰ ਮਿਲ ਰਹੇ ਨੇ ਵਧੀਆ ਝਾਰ ਪੈਸੇ ਬਚਣਗੇ ਜੱਟਾਂ ਨੂੰ ਤਾਂ ਕਿਤੇ ਜਾ ਕੇ ਕਿਸਾਨ ਵਧੀਆ ਕੋਈ ਜਿੱਦਾਂ ਆਪਾਂ ਕਹਦੇ ਆਪਦਾ ਕੋਈ ਕਾਰਜ ਕਰਦੇ ਨੇ ਜੇ ਉਹਨਾਂ ਦੇ ਪੱਲੇ ਕੁਝ ਪਊਗਾ। ਉਮੀਦ ਆ ਕਿਸਾਨ ਵੀਰੋ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਜਾਣਕਾਰੀ ਵਧੀਆ ਲੱਗੀ ਹੋਵੇਗੀ। ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਬੈਲ ਵਾਲਾ ਬਟਨ ਜ਼ਰੂਰ ਦਬਾਇਆ ਤਾਂ ਜੋ ਬਜੇ ਤਾਂ ਵਧੀਆ ਹਰ ਇੱਕ ਲੇਟੈਸਟ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ। ਇਸੇ ਤਰ੍ਹਾਂ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।